ਤੁਸੀਂ ਵੇਖ ਰਹੇ ਹੋ ਜੀ ਸਾਂਝਾ ਪੰਜਾਬ ਟੀਵੀ ਲਾਈਵ ਦਿਲ ਖੁੱਲ੍ਹ ਕੇ ਬੋਲ ਜੋਤੀ ਦੇ ਨਾਲ ਅਤੇ ਜੋਤੀ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਸ਼ਕਲ ਦਾ ਸੋਹਣਾ ਹੋਣਾ ਤਾਂ ਲਾਜ਼ਮੀ ਹੁੰਦਾ ਹੈ, ਲੇਕਿਨ ਜਦੋਂ ਤੁਸੀਂ ਦਿਲ ਦੇ ਸੋਹਣੇ ਹੁੰਦੇ ਹੋ ਤਾਂ ਗੱਲ ਤਾਂ ਬਣਦੀ ਹੈ। ਔਰ ਦਿਲ ਦੀ ਗੱਲ ਦੇ ਨਾਲ ਨਾਲ ਅੱਛੀ ਸਿਹਤ, ਅੱਛੀ ਹੈਲਥ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਅੱਛੀ ਹੈਲਥ ਉਦੋਂ ਹੁੰਦੀ ਹੈ ਜਦੋਂ ਅਸੀਂ ਇੱਕ ਵਧੀਆ ਫੂਡ ਦੇ ਨਾਲ ਨਾਲ ਵਧੀਆ ਨੀਂਦ ਵੀ ਲੈਂਦੇ ਹਾਂ, ਐਕਸਰਸਾਈਜ਼ ਵੀ ਕਰਦੇ ਹਾਂ ਅਤੇ ਵਧੀਆ ਡਾਇਟ ਦੇ ਨਾਲ ਨਾਲ ਅਸੀਂ ਦਵਾਈਆਂ ਦਾ ਵੀ ਧਿਆਨ ਰੱਖਦੇ ਹਾਂ। ਜੇ ਸਾਨੂੰ ਕੋਈ ਫੈਮਿਲੀ, ਸਾਨੂੰ ਕੋਈ ਹੈਲਥ ਇਸ਼ੂਜ਼ ਚੱਲ ਰਹੇ ਹਨ ਜਾਂ ਸਾਡੀ ਫੈਮਿਲੀ ਦੇ ਵਿੱਚ ਸਾਨੂੰ ਪਤਾ ਹੈ ਕਿ ਸਾਡੇ ਹੈਲਥ ਇਸ਼ੂਜ਼ ਹਮੇਸ਼ਾ ਹਨ, ਸ਼ੁਰੂ ਤੋਂ ਰਹੇ ਹਨ, ਅਤੇ ਸਾਨੂੰ ਆਪਣੀ ਟੇਕ ਕੇਅਰ ਥੋੜ੍ਹੀ ਜ਼ਿਆਦਾ ਕਰਨੀ ਚਾਹੀਦੀ ਹੈ। ਖੈਰ, ਬਾਕੀ ਦੀ ਗੱਲਬਾਤ ਅੱਜ ਮੈਂ ਆਪਣੇ ਖਾਸ ਮਹਿਮਾਨ ਅਤੇ ਆਪਣੀ ਫਰੈਂਡ ਦੇ ਨਾਲ ਕਰਾਂਗੀ, ਜਿਹੜੀ ਕਿ ਬਹੁਤ ਸਾਲਾਂ ਤੋਂ ਤੁਹਾਡੀ ਸਿਹਤ ਦਾ ਧਿਆਨ ਰੱਖਦੀ ਆ ਰਹੀ ਹੈ, ਤੁਹਾਨੂੰ ਗਾਈਡ ਕਰਦੀ ਆ ਰਹੀ ਹੈ ਸਾਂਝਾ ਪੰਜਾਬ ਟੀਵੀ 'ਤੇ। ਔਰ ਅੱਜ ਦੀ ਜਿਹੜੀ ਗੱਲ ਹੈ ਉਹ ਸਾਡੀ ਹੋਏਗੀ ਖਾਸ ਤੌਰ 'ਤੇ ਸੀਡਸ ਦੇ ਬਾਰੇ, ਕਿ ਕਿਹੜਾ ਸੀਡਸ ਐਸਾ ਹੈ ਜਿਹੜਾ ਸਾਡੀ ਹੈਲਥ ਨੂੰ ਓਵਰਆਲ ਨਿਊਟ੍ਰੀਸ਼ਨ ਦਿੰਦਾ ਹੈ, ਵਧੀਆ ਰੱਖਦਾ ਹੈ। ਇਸ ਦੇ ਬਾਰੇ ਅਸੀਂ ਅੱਜ ਚਰਚਾ ਕਰਾਂਗੇ ਬਲਬੀਰ ਲਹਿਲ ਦੇ ਨਾਲ। ਬਲਬੀਰ, ਵੈਲਕਮ ਟੂ ਦਾ ਸਟੂਡੀਓ, ਕੀ ਹਾਲ ਚਾਲ? ਥੈਂਕ ਯੂ ਜੋਤੀ ਜੀ, ਬਹੁਤ ਵਧੀਆ। ਤੇ ਤੁਹਾਡਾ ਕੀ ਹਾਲ? ਤੁਸੀਂ ਠੀਕ ਹੋ? ਮੇਰਾ ਵੀ ਵਧੀਆ, ਠੀਕ ਠਾਕ। ਮੌਸਮ ਵੀ ਔਰ ਦੇਖ ਅੱਜ ਨਾਲ ਨਾਲ ਤੁਸੀਂ ਸੋਹਣੇ ਕੱਪੜੇ ਪਾ ਲਏ ਤੇ ਸੋਹਣੇ ਵੀ ਬਹੁਤ ਲੱਗਦੇ। ਬਿਲਕੁਲ, ਔਰ ਮੈਂ ਕਹਿੰਦੀ ਆ ਗੱਲ, ਸੋਹਣਾ ਤੇ ਆਪਾਂ ਹੁਣੇ ਹੀ ਆ, ਸਾਰੇ ਹੀ ਸੋਹਣੇ ਹੁੰਦੇ ਆ ਨਾ, ਬਟ ਦਿਲ ਦਾ ਸੋਹਣਾ ਹੋਣਾ ਬਹੁਤ ਜ਼ਰੂਰੀ ਹੈ, ਰਾਈਟ? ਔਰ ਦਿਲ ਦੇ ਸੋਹਣੇ ਅਸੀਂ ਉਦੋਂ ਹੀ ਹੁੰਦੇ ਹਾਂ ਜਦੋਂ ਅਸੀਂ ਹੈਲਦੀ ਹੁੰਦੇ ਹਾਂ, ਸਾਡੀ ਹੈਲਥ ਠੀਕ ਹੁੰਦੀ ਹੈ, ਸਾਡੇ ਘਰ 'ਚ ਖੁਸ਼ੀਆਂ ਹੁੰਦੀਆਂ, ਹੈ ਨਾ? ਉਦੋਂ ਅਸੀਂ ਓਵਰਆਲ ਜਿਹੜਾ ਸਾਡਾ ਸੋਹਣਾਪਨ ਜਿਹੜਾ ਨਿਖਰ ਕੇ ਬਾਹਰ ਆਉਂਦਾ, ਰਾਈਟ? ਸੋ ਅੱਜ ਬੜੀ ਮੈਨੂੰ ਹੈਰਾਨਗੀ ਹੋ ਰਹੀ ਦੁਬਾਰਾ ਕਿ ਸਾਡੇ ਕਲਰ ਮੈਚ ਹੋ ਗਏ। ਦੇਖ, ਆਪਾਂ ਨੈਚੁਰਲੀ ਨਹੀਂ ਕੀਤਾ, ਜੇ ਅਗਰ ਦੇਖਿਆ ਜਾ ਕੇ ਆਪਾਂ ਗੱਲਬਾਤ ਕਰਕੇ, ਇਹ ਪ੍ਰਮਾਤਮਾ ਵੱਲੋਂ ਆਪਾਂ ਇਹ ਵਾਈਬਸ ਹੁੰਦੀਆਂ ਨਾ ਤੁਹਾਡੀ, ਆਪਾਂ ਇੱਥੇ ਆਉਂਦੇ ਜੋ ਦੇਖਦੇ ਆਪਣੀ ਬਹੁਤ ਵਧੀਆ ਮੈਚਿੰਗ ਹੋਈ ਹੁੰਦੀ ਹੈ। ਸਹੀ ਗੱਲ ਹੈ, ਔਰ ਵੇਖਣ ਵਾਲਾ ਲੱਗਦਾ ਹੈ ਕਿ ਇੱਕ ਸਲਾਹ ਕਰਕੇ ਪਾ ਕੇ ਆਉਂਦੀਆਂ ਕੱਪੜੇ, ਰਾਈਟ? ਦਿਲਾਂ ਦਾ ਪਿਆਰ ਆ, ਦਿਲਾਂ ਦਾ ਪਿਆਰ, ਸਹੀ ਗੱਲ ਹੈ। ਸੋ ਮੈਂ ਗੱਲ ਕਰ ਰਹੀ ਸੀ ਬਲਬੀਰ ਕਿ ਅਕਸਰ ਮੈਂ ਸੋਚਦੀ ਹਾਂ, ਅਸੀਂ ਕਹਿੰਦੇ ਹਾਂ ਕਿ ਅਸੀਂ ਹੈਲਦੀ ਸਾਨੂੰ ਰਹਿਣਾ ਚਾਹੀਦਾ, ਹੈਲਦੀ ਰਹਿਣਾ ਚਾਹੀਦਾ, ਪਰ ਅਸੀਂ ਕਈ ਵਾਰੀ ਲੇਜ਼ੀ ਵੀ ਹੋ ਜਾਂਦੇ ਹਾਂ, ਅਸੀਂ ਦੂਜਿਆਂ ਨੂੰ ਤਾਂ ਕਹਿੰਦੇ ਰਹਿੰਦੇ ਹਾਂ ਪਰ ਕਈ ਵਾਰੀ ਅਸੀਂ ਆਪਣਾ ਧਿਆਨ ਆਪ ਹੀ ਨਹੀਂ ਰੱਖਦੇ, ਨਹੀਂ ਰੱਖਦੇ, ਰਾਈਟ? ਸੋ ਇੱਕ ਚੰਗੀ ਹੈਲਥ ਹੋਣਾ ਸਿਰਫ ਇੱਕ ਚੰਗੀ ਫਿਜ਼ੀਕ ਹੋਣਾ ਹੈਗਾ, ਕਿ ਤੁਸੀਂ ਸਲਿਮ ਟ੍ਰਿਮ ਲੱਗ ਰਹੇ ਹੋ ਤੇ ਬਹੁਤ ਵਧੀਆ ਵੈ, ਬਸ ਉਹਨੂੰ ਹੀ ਅਸੀਂ ਚੰਗੀ ਹੈਲਥ ਕਹਿੰਦੇ ਹਾਂ ਜਾਂ ਕੁਝ ਹੋਰ ਹੁੰਦਾ ਚੰਗੀ ਹੈਲਥ? ਜੋਤੀ ਜੀ, ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇਣਾ ਚਾਹੁੰਦੀ ਕਿ ਚੰਗੀ ਸਿਹਤ ਇੱਕ ਤੁਹਾਡਾ ਪਤਲਾ ਹੋਣਾ ਜਾਂ ਤੁਸੀਂ ਬਾਹਰੋਂ ਲੁੱਕ ਤੁਹਾਡੀ ਗੁੱਡ ਨਹੀਂ ਮੰਨਿਆ ਜਾਂਦਾ, ਤਾਂ ਤੁਹਾਡੀ ਜਿਹੜੀ ਸਿਹਤ ਆ ਉਹਦੇ ਇਨਸਾਈਡ 'ਚ ਕੀ ਚੱਲ ਰਿਹਾ, ਕਿ ਤੁਹਾਨੂੰ ਬਹੁਤ ਸਾਰੇ ਹੈਲਥ ਇਸ਼ੂਜ਼ ਤਾਂ ਨਹੀਂ ਹੈਗੇ, ਕਿ ਤੁਹਾਡੀ ਜਿਹੜੀ ਬੋਡੀ ਦੀ ਐਨਰਜੀ ਲੈਵਲ ਉਹਦਾ ਇੰਨਾ ਡਾਊਨ ਤਾਂ ਨਹੀਂ ਹੈਗਾ ਕਿ ਤੁਸੀਂ ਐਕਸਰਸਾਈਜ਼ ਕਰਨ ਵੱਲ ਬਿਲਕੁਲ ਨਹੀਂ ਧਿਆਨ ਦਿੰਦੇ, ਜਾਂ ਫਿਰ ਤੁਹਾਨੂੰ ਸਲੀਪ ਹੈ ਹੀ ਨਹੀਂ, ਤੁਸੀਂ ਸਾਰਾ ਦਿਨ ਕੰਮ ਕਰਕੇ ਹੰਭ ਜਾਂਦੇ, ਥੱਕ ਜਾਂਦੇ, ਤੁਹਾਨੂੰ ਸਲੀਪੀ ਨਹੀਂ ਗੁੱਡ ਮਿਲ ਰਹੀ ਹੈਗੀ, ਇਹਦਾ ਮਤਲਬ ਕਿ ਤੁਸੀਂ ਅਨਹੈਲਥੀ ਹੈਗੇ ਆ, ਸਕਿਨੀ ਹੋ, ਓਵਰਵੇਟ ਨਹੀਂ, ਬਟ ਤੁਹਾਡੀ ਹੈਲਥ ਇਨਸਾਈਡ ਤੋਂ ਜਿਹੜੀ ਉਹ ਹੈਲਥੀ ਨਹੀਂ ਹੈਗੀ। ਸੋ ਅਸੀਂ ਬਾਹਰੋਂ ਵੀ ਅਤੇ ਅੰਦਰੋਂ ਵੀ ਆਪਣੀ ਬੋਡੀ ਨੂੰ ਹੈਲਥੀ ਤਾਂ ਮੰਨਾਂਗੇ ਜੇ ਸਾਡੇ ਦੋਨਾਂ ਦਾ ਕੰਬੀਨੇਸ਼ਨ ਹੋਵੇ। ਉਹਦੇ ਲਈ ਕੀ ਹੁੰਦਾ, ਅਸੀਂ ਆਪਣੇ ਖਾਣੇ 'ਚ ਪ੍ਰੋਟੀਨ ਵੀ ਐਡ ਕਰ ਲੈਂਦੇ ਹਾਂ, ਅਸੀਂ ਆਪਣਾ ਲੰਚ ਵੀ ਪ੍ਰੋਪਰ ਕਰ ਲੈਂਦੇ ਹੈਗੇ ਹਾਂ, ਅਸੀਂ ਕੀ ਕਰਦੇ ਜੋਤੀ, ਜਦੋਂ ਸਨੈਕਿੰਗ ਟਾਈਮ ਹੁੰਦਾ ਨਾ, ਅਸੀਂ ਮਿਠਾਈਆਂ ਜਾਂ ਫਿਰ ਅਸੀਂ ਚਿਪਸ ਜਾਂ ਫਿਰ ਅਸੀਂ ਅਨਹੈਲਥੀ ਸਨੈਕਿੰਗ ਕਰਦੇ ਹਾਂ, ਜਿਹਦੇ ਨਾਲ ਸਾਡੀ ਬੋਡੀ ਨੂੰ ਨਿਊਟ੍ਰੀਸ਼ਨ ਨਹੀਂ ਮਿਲਦਾ। ਅੱਜ ਆਪਣਾ ਮੇਨ ਹੈਗਾ ਕਿ ਆਪਾਂ ਆਪਣੇ ਦਰਸ਼ਕਾਂ ਨੂੰ, ਵਿਊਅਰਸ ਨੂੰ ਇਹ ਦੱਸੀਏ ਕਿ ਤੁਸੀਂ ਸਨੈਕਿੰਗ ਦੇ ਵਿੱਚ ਚੀਟਿੰਗ ਕਰਦੇ ਹੋ, ਸਾਰਾ ਦਿਨ ਗੱਡੀ ਤੁਹਾਡੀ ਟਰੈਕ 'ਤੇ ਪਈ ਹੁੰਦੀ ਆ, ਬਟ ਉਹਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਗੇਅਰ ਗਲਤ ਪਾਉਣ ਕਰਕੇ ਉਹਨੂੰ ਆਪਣੀ ਜਿਹੜੀ ਲਾਈਨ ਉਹ ਤੋਂ ਆਪਾਂ ਪਲਟਾ ਲੈਂਦੇ, ਇੱਦਾਂ ਨਹੀਂ ਕਰਨਾ। ਸੋ ਆਪਾਂ ਉਹਦੇ ਲਈ ਆਪਣੇ ਸਨੈਕਿੰਗ ਦੇ ਵਿੱਚ ਸੀਡਸ ਦੀ ਵਰਤੋਂ ਕਰੀਏ, ਜਿਹੜੇ ਸਾਡੀ ਬੋਡੀ ਨੂੰ ਆਲ ਓਵਰ ਸਕਿਨ ਨੂੰ ਵੀ ਅਤੇ ਇਨਸਾਈਡ ਨੂੰ ਵੀ ਬਹੁਤ ਹੈਲਥੀ ਹੈਗੇ ਆ। ਬਿਲਕੁਲ ਸਹੀ ਕਿਹਾ ਕਿ ਹੈਲਦੀ ਹੋਣਾ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਦੁਬਲੇ ਪਤਲੇ ਹੋ, ਸੋਹਣੇ ਹੋ ਅਤੇ ਉਹ ਹੈਲਦੀ ਹੈ। ਹੈਲਦੀ ਮਤਲਬ ਕਿ ਤੁਹਾਨੂੰ ਜਿਹੜੀ ਨੀਂਦ ਆ ਉਹ ਪ੍ਰੋਪਰ ਆ ਰਹੀ ਹੈ, ਤਾਂ ਕਿ ਤੁਸੀਂ ਬੈੱਡ 'ਤੇ ਪਏ ਔਰ ਨਾਲ ਹੀ ਤੁਸੀਂ ਸੋ ਗਏ, ਯਾਨੀ ਕਿ ਕਰਵਟਾ ਬਦਲ ਰਹੇ ਹੋ। ਹੈਲਦੀ ਹੋਣ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਬਾਲ ਹੈਲਦੀ ਹੈ, ਤੁਹਾਡੀ ਸਕਿਨ ਹੈਲਦੀ ਹੈ, ਤੁਸੀਂ ਪ੍ਰੋਪਰ ਡਾਇਟ 'ਚ ਖਾਣਾ ਜਿਹੜਾ ਤੁਸੀਂ ਲੈਣੀ ਚਾਹੀਦੀ ਤੁਹਾਨੂੰ ਉਹ ਤੁਸੀਂ ਲੈ ਰਹੇ ਹੋ, ਤੁਹਾਡਾ ਤੁਰਨਾ ਫਿਰਨਾ ਈਜ਼ੀ ਹੈ, ਤੁਹਾਨੂੰ ਡਿਪਰੈਸ਼ਨ ਨਹੀਂ ਹੈਗਾ। ਸੋ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਸਾਨੂੰ ਅਨਹੈਲਦੀ ਕਰਦੀਆਂ ਹਨ। ਸੋ ਜੇ ਗੱਲ ਕਰੀਏ ਅਸੀਂ ਫੂਡ ਦੀ, ਫੂਡ ਦੇ ਵਿੱਚ ਤਾਂ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਵੇਂ ਸਬਜ਼ੀਆਂ ਹਨ, ਪਲਸਿਸ ਹਨ, ਸਟਾਰਚ ਜਿਹੜੀ ਅਸੀਂ ਆਲਵੇਜ ਕਹਿੰਦੇ ਹਾਂ ਕਿ ਘੱਟ ਹੋਣੀ ਚਾਹੀਦੀ ਸਾਡੀ ਡਾਇਟ ਦੇ ਅੰਦਰ, ਪ੍ਰੋਟੀਨ ਜ਼ਿਆਦਾ ਹੋਣੀ ਚਾਹੀਦੀ ਆ, ਰਾਈਟ? ਸੋ ਉਸ ਦੇ ਨਾਲ ਨਾਲ ਸੀਡਸ ਵੀ ਹੁੰਦੇ ਆ, ਕਈ ਵਾਰੀ ਅਸੀਂ ਸੀਡਸ ਨੂੰ ਜਿਹੜਾ ਇਗਨੋਰ ਕਰ ਦਿੰਦੇ ਹਾਂ। ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਮੇਰੀ ਮੰਮੀ ਜਦੋਂ ਵੀ ਤਰਬੂਜ ਜਾਂ ਖਰਬੂਜਾ ਲਿਆਉਂਦੀ ਸੀ ਨਾ, ਉਹ ਜਦੋਂ ਕੱਟਦੀ ਸੀ ਤਾਂ ਉਹ ਜਿਹੜੇ ਸੀਡਸ ਹੁੰਦੇ ਨਾ, ਉਹ ਧੋ ਧਾ ਕੇ ਉਹਨਾਂ ਨੂੰ ਸੁਕਾ ਦਿੰਦੀ ਸੀ ਕਿ ਆਪਾਂ ਖਾਵਾਂਗੇ, ਹਾਂ, ਅਤੇ ਉਹਨੂੰ ਫਿਰ ਜਦੋਂ ਸੁੱਕ ਜਾਂਦੇ ਸੀ ਤਾਂ ਅਸੀਂ ਛਿਲ ਛਿਲ ਕੇ ਉਹਨੂੰ ਖਾਂਦੇ ਸੀ, ਉਹ ਇੱਕ ਇੱਕ ਸੀਡ ਖਾਣ ਦਾ ਬੜਾ ਮਜ਼ਾ ਆਉਂਦਾ ਸੀ। ਉਹ ਦੇਖ ਲਓ ਜਿਹੜੀਆਂ ਨੈਚੁਰਲ ਚੀਜ਼ਾਂ ਸੀ ਉਦੋਂ, ਜਿਹੜੇ ਲੋਕ ਹਜੇ ਤੱਕ ਵੀ ਇੰਡੀਆ ਹੈਲਥੀ ਚੀਜ਼ਾਂ ਦੀ, ਨੈਚੁਰਲ ਚੀਜ਼ਾਂ ਦੀ ਉਗਾ ਕੇ ਵਰਤ
कई बार सानू असी उन्होंने मजाक करने लिया तू अज ये खा लिया बट वह हादसे वाली गल नहीं होंगी असल में वो जी डाइट आदा ध्यान रख रहे हैं और सानू भी इतने असी अपने आप में भी जो तो आप जनरेशन अपनी देख लो इन चीज़ों वाल नहीं मूँह नहीं करते उन्होंने रेडी टू गो फूड चाहिए जो थोड़ा जहा खा के कहें नहीं मैं दूजे दिन नहीं सेम नहीं खाना बट थोड़ी हैल्थ के कुछ इदा दियाँ ऑरगैनिक चीज़ा होनी चाहिए जी थी हैल्थ न स्लीपी ताड़ी जी माइंड ताड़ा हर वेले इदा दौड़ा भजा फिर एक चीज़ न कर लिया दूजी छड़ लिया माइंड सैट ही नहीं हो रहा सो थानू एक रिलैक्सेशन वाली जगह तो उदों तुसी क्योंकि जेडे सीड्स है ना ज्योति उन्होंने बहुत सारे फैटी एसिड तो बहुत सारा न्यूट्रिशन भरया होया जो साड़ी बॉडी नू सिर तो लैके पैरों तक ही टेक केयर करता है ओके सो किहड़ा अजिहा सीड है जो ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈਗਾ ਬਿਲਕੁਲ ਜਿਵੇਂ ਹੁਣ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਕਿ ਆਪਾਂ ਨਿਊਟ੍ਰੀਐਂਟਸ ਪ੍ਰੋਡਕਟਸ ਵੀ ਲੈਂਦੇ ਹੈਗੇ ਹਾਂ ਕਈ ਵਾਰੀ ਆਪਾਂ ਸ਼ੇਕਸ ਨੂੰ ਲਿਆ ਆਪਾਂ ਉਹਦੇ 'ਚ ਮਿਲਕ ਪਾਇਆ ਅਤੇ ਉਹਦੇ ਵਿੱਚ ਆਈਸ ਪਾਈ ਹੁਣ ਸਮਰ ਹੈਗੀ ਅਤੇ ਆਪਾਂ ਉਹਨੂੰ ਬਣਾਇਆ ਅਤੇ ਪੀ ਲਿਆ ਪਰ ਮੈਂ ਕਹੂੰਗੀ ਜੇ ਉਹਨੂੰ ਤੁਸੀਂ ਹੈਲਥੀ ਹੋਰ ਬਣਾਉਣਾ ਕਿਉਂ ਨਾ ਉਹਦੇ ਵਿੱਚ ਇੱਕ ਫੁੱਲ ਹੈਂਡ ਪੰਪਕਨ ਸੀਡ ਦਾ ਪਾਇਆ ਜਾਵੇ ਜਿਹਦੇ ਵਿੱਚ ਇੰਨਾ ਜ਼ਿਆਦਾ ਨਿਊਟ੍ਰੀਸ਼ਨ ਹੈਗਾ ਆਇਰਨ ਵੀ ਹੈ ਜ਼ਿੰਕ ਵੀ ਹੈਗਾ ਅਤੇ ਉਹਦੇ ਵਿੱਚ ਮੈਗਨੀਸ਼ੀਅਮ ਵੀ ਹੈਗਾ ਅਤੇ ਨਾਲ ਨਾਲ ਕਈ ਵਾਰੀ ਜੋਤੀ ਜੀ ਹੈਗਾ ਕਿ ਕਈ ਵਾਰੀ ਲੋਕ ਸਲੀਪ ਨਹੀਂ ਗੁੱਡ ਕਰਦੇ ਉਹ ਹੈਲਪ ਕਰਦਾ ਅਤੇ ਖਾਸ ਕਰਕੇ ਸਾਡੀਆਂ ਵੋਮੈਨਸ ਦੇ ਵਿੱਚ ਪ੍ਰੋਬਲਮ ਹੁੰਦੀ ਕਿ ਉਹ ਬੇਬੀ ਕਨਸੀਵ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਿਹੜੇ ਲੋਕ ਇਹ ਸੀਡ ਦੀ ਵਰਤੋਂ ਕਰ ਰਹੇ ਹੈਗੇ ਆ ਉਹ ਮੇਰੀਆਂ ਭੈਣਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਉਹਨਾਂ ਨੂੰ ਸਪੈਸ਼ਲੀ ਪੰਪਕਿਨ ਸੀਡ ਤੁਸੀਂ ਕਹਿ ਰਹੇ ਹੋ ਪੰਪਕਿਨ ਸੀਡ ਦੇ ਵਿੱਚ ਯੈਸ ਅਤੇ ਨਾਲ ਨਾਲ ਕਈ ਵਾਰੀ ਜੋਤੀ ਜਿਵੇਂ ਹੁਣ ਆਪਣੇ ਹਾਰਟ ਦੇ ਇਸ਼ੂਜ਼ ਹੋ ਗਏ ਸਾਡੀਆਂ ਆਰਟਰੀਜ਼ ਬਲੌਕ ਹੋਣੀਆਂ ਸ਼ੁਰੂ ਹੋ ਗਈਆਂ ਅਸੀਂ ਸੀਡਸ ਲਵਾਂਗੇ ਜਿਹੜੇ ਫੈਟੀ ਐਸਿਡ ਆ ਉਹ ਸਾਡੀਆਂ ਆਂਤੜੀਆਂ ਨੂੰ ਜਿਹੜੀਆਂ ਸਾਡੀਆਂ ਆਰਟਰੀਜ਼ ਉਹਨਾਂ ਨੂੰ ਖੋਲ੍ਹਣ ਦਾ ਵੀ ਨਾਲ ਨਾਲ ਕੰਮ ਕਰਦੇ ਆ ਲਿਵਰ ਫੈਟੀ ਹੋ ਗਿਆ ਉਹ ਇੱਕ ਮੇਨ ਸਾਡੀ ਬਾਡੀ ਦਾ ਔਰਗਨ ਆ ਉਹਨੂੰ ਹੈਲਥੀ ਰੱਖਣ ਦੇ ਵਿੱਚ ਪੰਪਕਿਨ ਸੀਡ ਦਾ ਬਹੁਤ ਵੱਡਾ ਰੋਲ ਹੈਗਾ ਸੋ ਇਹ ਰਲ ਮਿਲ ਕੇ ਸਾਡੀ ਬਾਡੀ ਨੂੰ ਆਲ ਓਵਰ ਹੀ ਜਿਹੜਾ ਆ ਕਵਰ ਕਰਦਾ ਸਾਨੂੰ ਦਿਨ ਦੇ ਵਿੱਚ ਇੱਕ ਫੁੱਲ ਹੈਂਡ ਇਨ ਦੀ ਮਾਰਨਿੰਗ ਇੱਕ ਫੁੱਲ ਹੈਂਡ ਈਵਨਿੰਗ ਦੇ ਵਿੱਚ ਇਹ ਨਹੀਂ ਸੁਣ ਕੇ ਹੋ ਜਾਣਾ ਕਿ ਅਸੀਂ ਤਾਂ ਬਸ ਪੰਪਕਿਨ ਸੀਡਸ ਦੇ ਆਲੇ ਦੁਆਲੇ ਹੀ ਘੁੰਮੀਏ ਸਾਰਾ ਦਿਨ ਉਹੀ ਖਾਂਦੇ ਰਹੀਏ ਲਿਮਿਟ ਦੇ ਵਿੱਚ ਹਰ ਚੀਜ਼ ਜਿਹੜੀ ਕਰਨੀ ਜ਼ਰੂਰੀ ਹੁੰਦੀ ਹੈਗੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹਦਾ ਮਤਲਬ ਇਹ ਨਹੀਂ ਕਿ ਹੁਣ ਬਲਵੀਰ ਜੀ ਨੇ ਕਿਹਾ ਕਿ ਪੰਪਕਿਨ ਸੀਡਸ ਨਾਲ ਬਹੁਤ ਸਾਰੀਆਂ ਪ੍ਰੋਬਲਮ ਸੋਲਵ ਹੁੰਦੀਆਂ ਅਤੇ ਅਸੀਂ ਸਾਰਾ ਦਿਨ ਪੰਪਕਿਨ ਸੀਡ ਹੀ ਖਾਂਦੇ ਜਾਈਏ ਉਸ ਲਾਲਚ ਦੇ ਵਿੱਚ ਕਿਉਂਕਿ ਜੇ ਸਾਨੂੰ ਚੀਜ਼ਾਂ ਦੇ ਫਾਇਦੇ ਹੁੰਦੇ ਆ ਤਾਂ ਕਈ ਵਾਰੀ ਨੁਕਸਾਨ ਵੀ ਹੁੰਦੇ ਆ ਆਲਵੇਜ਼ ਸਾਨੂੰ ਆਪਣੀ ਹੈਲਥ ਨੂੰ ਦੇਖ ਕੇ ਹੈਲਥ ਇਸ਼ੂਜ਼ ਨੂੰ ਦੇਖ ਕੇ ਡਾਕਟਰ ਨਾਲ ਸਲਾਹ ਕਰਕੇ ਫਿਰ ਉਹ ਚੀਜ਼ ਖਾਣੀ ਚਾਹੀਦੀ ਹੈ ਬਟ ਯਾ ਆਲਵੇਜ਼ ਔਰਗੈਨਿਕ ਐਂਡ ਨੈਚੁਰਲ ਚੀਜ਼ਾਂ ਵੱਲ ਸਾਨੂੰ ਜ਼ਰੂਰ ਜਾਣਾ ਚਾਹੀਦਾ ਜਿੱਦਾਂ ਕਿ ਸੀਡਸ ਨੂੰ ਆਪਣੀ ਡਾਇਟ ਦੇ ਵਿੱਚ ਜ਼ਰੂਰ ਸਾਨੂੰ ਸ਼ਾਮਿਲ ਕਰਨਾ ਚਾਹੀਦਾ ਜਿੱਦਾਂ ਕਿ ਬਲਬੀਰ ਜੀ ਸਾਨੂੰ ਦੱਸ ਰਹੇ ਨੇ ਹੋਰ ਚੀਜ਼ ਕਵਰ ਕਰਨਾ ਚਾਹੁੰਦੀ ਜੋਤੀ ਜੀ ਕਈ ਵਾਰੀ ਅਸੀਂ ਅੱਧਾ ਘੰਟਾ ਵਾਕ ਕਰਕੇ ਆਉਂਦੇ ਹਾਂ ਅਸੀਂ ਮਗਰ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਮੇਰੀਆਂ ਲੈਗਸ ਵਿੱਚ ਕ੍ਰੈਂਪਸ ਹੋ ਰਹੇ ਆ ਜਾਂ ਮੈਨੂੰ ਰਾਤੀ ਨੀਂਦ ਨਹੀਂ ਆਈ ਕਈ ਵਾਰੀ ਸੁੱਤੇ ਸੁੱਤੇ ਵੀ ਹੁੰਦੇ ਬਿਲਕੁਲ ਸਾਡੇ ਨਾੜਾਂ ਚੜ੍ਹਨੀਆਂ ਸ਼ੁਰੂ ਹੋ ਜਾਂਦੀਆਂ ਸੋ ਇਹ ਜਿਹੜਾ ਹੈਗਾ ਪੰਪਕਿਨ ਸੀਡੇ ਦੇ ਨਾਲ ਲੱਤਾਂ ਦੀਆਂ ਜਿਹੜੀਆਂ ਬਾਟਮ ਵਾਲੀ ਸਾਈਡ ਹੈਗੀ ਪਿੰਨੀਆਂ ਜਿਹਨੂੰ ਕਹਿ ਦਿੰਦੇ ਉਹਦੇ ਵਿੱਚ ਜਿਹੜੀ ਵਾਰ ਵਾਰ ਨਾੜਾਂ ਚੜ੍ਹਨੀਆਂ ਜਾਂ ਉਹਦੇ ਵਿੱਚ ਕ੍ਰੈਂਪਸ ਪੈਣੇ ਉਹ ਵੀ ਜਿਹੜੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ ਸੋ ਕਾਫੀ ਹੱਦ ਤੱਕ ਸਾਨੂੰ ਹੈਲਪ ਮਿਲਦੀ ਸਕਿਨ ਬੜੀ ਗਲੋ ਹੁੰਦੀ ਆ ਸੋ ਅਸੀਂ ਬੈਟਰ ਆ ਕੇ ਸ਼ੇਕ ਦੇ ਵਿੱਚ ਜਾਂ ਆਪਣੇ ਦਹੀਂ ਦੇ ਵਿੱਚ ਜਾਂ ਸੈਲਡ ਵਿੱਚ ਸੈਲਡ ਦੇ ਵਿੱਚ ਜਾਂ ਉਹਨਾਂ ਨੂੰ ਪੀ ਕੇ ਰੱਖ ਲਓ ਜੋਤੀ ਉਹਨਾਂ ਦਾ ਇੱਕ ਕਾਈਂਡ ਆਫ ਤੁਸੀਂ ਪਾਊਡਰ ਬਣਾ ਲਓ ਤੁਸੀਂ ਕਿਸੇ ਵੀ ਵੇਲੇ ਆਪਣੀ ਕੋਈ ਚੀਜ਼ ਖਾ ਰਹੇ ਹੋ ਸਬਜ਼ੀ ਖਾ ਰਹੇ ਹੋ ਦਹੀਂ ਖਾ ਰਹੇ ਹੋ ਸਮੂਦੀ ਪੀ ਰਹੇ ਹੋ ਵੈਸੇ ਤੁਹਾਨੂੰ ਤੁਸੀਂ ਕੋਟੇ ਚੀਜ਼ ਦੇ ਨਾਲ ਉਹਨਾਂ ਨੂੰ ਇੱਕ ਫੁੱਲ ਹੈਂਡ ਰੱਖ ਕੇ ਮਿਕਸ ਕਰਕੇ ਖਾ ਲਓ ਅਤੇ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਆ ਤੁਹਾਡੇ ਅੰਦਰ ਇਹ ਚੀਜ਼ਾਂ ਚੱਲ ਗਈਆਂ ਅਤੇ ਓਬਵੀਅਸਲੀ ਤੁਸੀਂ ਕਾਫੀ ਟਾਈਮ ਤੱਕ ਫੁੱਲ ਫਿਲ ਵੀ ਰਹਿਣਾ ਅਤੇ ਨਾਲ ਨਾਲ ਤੁਸੀਂ ਆਪਣੇ ਆਪ ਨੂੰ ਐਨਰਜੀ ਅਤੇ ਖੁਸ਼ੀ ਇੱਕ ਡਿਪਰੈਸ਼ਨ ਵਾਲੇ ਜਿਹੜੇ ਪਰਸਨ ਹੈਗੇ ਉਹਨਾਂ ਲਈ ਵੀ ਬਹੁਤ ਬੈਨੀਫਿਟ ਹੈਗੇ ਆ ਸੋ ਇਹ ਆਲ ਓਵਰ ਸਾਡੀਆਂ ਕਾਫੀ ਜਿਹੜੇ ਹੈਲਥ ਇਸ਼ੂਜ਼ ਉਹਨਾਂ ਨੂੰ ਇਹ ਸੋਲਵ ਕਰਦੇ ਆ ਸੋ ਸਾਨੂੰ ਆਪਣੀ ਡੇਲੀ ਰੂਟੀਨ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕਰਦੇ ਰਹਿਣਾ ਚਾਹੀਦਾ ਹੈਗਾ ਆ ਬਹੁਤ ਵਧੀਆ ਗੱਲ ਹੈ ਸੋ ਤੁਸੀਂ ਅਕਸਰ ਬਲਬੀਰ ਬਹੁਤ ਲੋਕਾਂ ਨੂੰ ਮਿਲਦੇ ਹੋਵੋਗੇ ਔਰ ਜ਼ਿਆਦਾਤਰ ਤੁਹਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਹਨ ਉਹ ਕਈ ਓਵਰਵੇਟ ਵੀ ਸਨ ਜਿਹੜੇ ਕਿ ਹੁਣ ਬਹੁਤ ਵਧੀਆ ਪੋਜੀਸ਼ਨ ਦੇ ਵਿੱਚ ਹਨ ਬਹੁਤ ਵਧੀਆ ਉਹਨਾਂ ਦੀ ਹੈਲਥ ਹੋ ਚੁੱਕੀ ਹੈ ਸੋ ਕਿਸ ਤਰ੍ਹਾਂ ਦੇ ਤੁਸੀਂ ਕੇਸਿਸ ਦੇਖੇ ਲਾਈਕ ਜਿਨ੍ਹਾਂ ਨੂੰ ਹੈਲਥ ਕਿਸ ਤਰ੍ਹਾਂ ਦੇ ਇਸ਼ੂਜ਼ ਸੀ ਲਾਈਕ ਬਾਲਾਂ ਦੇ ਸਕਿਨ ਦੇ ਵੇਟ ਦੇ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਹੈਂਡਲ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੂੰ ਕੀ ਰਿਕਮੈਂਡ ਕੀਤਾ ਤੁਸੀਂ ਬਿਲਕੁਲ ਜੋਤੀ ਜੀ ਜਿਵੇਂ ਹੁਣ ਇਹ ਕਹਿ ਦਈਏ ਕਿ ਮੈਜੋਰਟੀ ਸਾਡੇ ਹਰ ਘਰ ਦੇ ਵਿੱਚ ਇੱਕ ਤੋਂ ਦੋ ਪਰਸਨ ਓਵਰਵੇਟ ਹੁੰਦੇ ਆ ਹਰ ਬੰਦਾ ਆਪਣੇ ਆਪ ਨੂੰ ਫਿੱਟ ਅਤੇ ਨਾਲ ਨਾਲ ਸੋਹਣਾ ਵੀ ਦੇਖਣਾ ਚਾਹੁੰਦਾ ਕਈ ਵਾਰੀ ਅਸੀਂ ਸਾਰਾ ਕੁਛ ਸੋਚਦੇ ਹਾਂ ਪਰ ਅਸੀਂ ਸਫਲਤਾ ਕਰਦੇ ਹਾਂ ਸਫਲਤਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਬਟ ਅਸੀਂ ਐਂਡ ਆਫ ਦਾ ਮੰਥ ਅਸਫਲ ਹੋ ਜਾਂਦੇ ਹਾਂ ਕੀ ਕੀਤਾ ਕਿ ਅਸੀਂ ਮਾਰਨਿੰਗ ਦੇ ਵਿੱਚ ਆਪਣੇ ਆਪ ਨੂੰ ਇੱਕ ਕੱਪ ਚਾਹ ਦਾ ਦੇ ਕੇ
ਅਸੀਂ ਆਪਣੇ ਆਪ ਨੂੰ ਭੁੱਖਿਆਂ 2 ਵਜੇ ਤੱਕ ਰੱਖਿਆ, ਅਸੀਂ ਕੈਲਰੀਜ਼ ਕੱਟ ਫੂਡ ਦੀ ਵਰਤੋਂ ਕਰਦੇ ਹਾਂ, ਬਟ ਅਸੀਂ ਉਹਦੀ ਜਗ੍ਹਾ ਤੇ ਲੋਕਾਂ ਨੂੰ ਵਿਊਅਰਸ ਨੂੰ ਕਸਟਮਰ ਨੂੰ ਇਹ ਕਹਿੰਦੇ ਹੈਗੇ ਕਿ ਤੁਸੀਂ ਹੈਲਥੀ ਸਮੂਦੀ ਸ਼ੇਕ ਦੀ ਵਰਤੋਂ ਕਰੋ ਜਿਹਦੇ ਵਿੱਚ 24 to 26 ਵਿਟਾਮਿਨ ਅਸੈਂਸ਼ੀਅਲ ਜਿਹੜੇ ਹਰਬਸ ਹੈਗੇ ਆ, ਤੇ ਜਿਹਦੇ ਨਾਲ ਤੁਹਾਡੀ ਬਾਡੀ ਨੂੰ ਵਿਟਾਮਿਨ ਏ ਦੀ ਲੋੜ ਆ, ਏ ਤੋਂ ਲੈ ਕੇ ਜ਼ੈਡ ਤੱਕ ਸਾਰੇ ਨਿਊਟ੍ਰੀਐਂਟਸ ਮਿਲ ਜਾਂਦੇ ਆ, ਤੁਸੀਂ ਫੁੱਲਫਿਲ ਹੋ ਜਾਂਦੇ ਆ, ਤੇ ਨਾਲ ਨਾਲ ਜਿਹੜੇ ਸਾਡੇ ਸਪਲੀਮੈਂਟ ਆ, ਕਈ ਵਾਰੀ ਕਿਸੇ ਦੇ ਵਾਲ ਝੜਦੇ ਆ, ਕਿਸੇ ਦੀ ਸਕਿਨ ਬਹੁਤ ਡਿਸਆਰਡਰ ਆ ਜਿਵੇਂ ਬਲੇਮਿਸ਼ਸ ਟਾਈਪ ਹੋ ਗਈ ਆ, ਤੇ ਨਾਲ ਨਾਲ ਉਹਨਾਂ ਦੀ ਸਕਿਨ ਲੂਜ਼ ਬਹੁਤ ਹੋ ਗਈ ਆ। ਕਈ ਵਾਰੀ ਜੋਤੀ ਐਂ ਹੁੰਦਾ ਕਿ ਯੰਗ ਕੁੜੀਆਂ 30-30 ਸਾਲ ਦੀਆਂ, ਉਹਨਾਂ ਦੀ ਸਕਿਨ ਇੰਨੀ ਜ਼ਿਆਦਾ ਲੂਜ਼ ਹੋਈ ਆ, ਅਸੀਂ ਆਪਣੇ ਵਿਟਾਮਿਨ ਦੇ ਦੁਆਰਾ ਉਹਨਾਂ ਨੂੰ ਜਦੋਂ ਕਹਿੰਦੇ ਕਿ ਤੁਸੀਂ 1 ਮਹੀਨੇ ਬਾਅਦ ਰਿਜ਼ਲਟ ਦੇਖੋ, ਤਾਂ ਉਹਨਾਂ ਦੀ ਸਕਿਨ ਟਾਈਟ ਟੋਨ ਵੀ ਹੁੰਦੀ ਹੈਗੀ ਆ, ਐਨਰਜੀ ਵੱਲ ਜਿਹੜੇ ਨਹੀਂ ਜਾਂਦੇ ਐਨਰਜੀ ਦੇ ਵੀ ਕਾਫੀ ਪ੍ਰੋਡਕਟਸ ਹੈਗੇ ਆ। ਸੋ ਰੀਸੈਂਟਲੀ ਜਿਵੇਂ ਇਮਿਊਨ ਸਿਸਟਮ ਨੂੰ ਬੈਟਰ ਕਰਨ ਦੇ ਲਈ ਵੀ ਪ੍ਰੋਡਕਟਸ ਆਏ ਹੈਗੇ ਆ, ਤੇ ਥੋੜ੍ਹਾ ਬਹੁਤਾ ਅਸੀਂ ਸਿੱਕ ਹੋ ਕੇ ਠੀਕ ਹੋ ਜਾਂਦੇ, ਪਰ ਇਹ ਨਹੀਂ ਹੁੰਦਾ ਕਿ ਅਸੀਂ ਲੌਂਗ ਟਰਮ ਦੇ ਲਈ ਸਾਨੂੰ ਬੈੱਡ 'ਤੇ ਪੈਣਾ ਪੈ ਗਿਆ, ਹੈ ਨਾ। ਸੋ ਬਹੁਤ ਸਾਰੇ ਪ੍ਰੋਡਕਟਸ ਹੈਗੇ ਜੋ ਕਿ ਆਲ ਓਵਰ ਲੇਡੀਜ਼ ਦੇ ਲਈ ਵੀ ਅਤੇ ਮੈਨਸ ਦੇ ਲਈ ਵੀ, ਡਿਜੈਸਟਿਵ ਹੈਲਥ, ਇਮਿਊਨ ਸਿਸਟਮ, ਐਨਰਜੀ, ਫਿਟਨੈਸ, ਹਾਰਟ ਹੈਲਥ, ਹੇਅਰ, ਬਿਊਟੀ, ਸਕਿਨ, ਸਾਰਾ ਕੁਛ ਰਲਿਆ ਮਿਲਿਆ, ਇਨਰ ਐਂਡ ਆਊਟਰ ਨਿਊਟ੍ਰੀਸ਼ਨ, ਅਸੀਂ ਸਾਰਿਆਂ ਦੀ ਹੈਲਪ ਇਸ ਪ੍ਰੋਡਕਟ ਦੇ ਦੁਆਰਾ ਕਰਦੇ ਹੈਗੇ ਹਾਂ। ਓਕੇ, ਔਰ ਪ੍ਰੋਡਕਟ ਜਿਹੜੇ ਤੁਸੀਂ ਕਿਤੇ ਵੀ ਭੇਜ ਸਕਦੇ ਹੋ, ਜਿਵੇਂ ਕੋਈ BC 'ਚ ਰਹਿੰਦਾ ਉੱਥੇ ਤੁਹਾਨੂੰ? ਬਿਲਕੁਲ ਜੋਤੀ ਜੀ, ਜਿਵੇਂ ਹੁਣ ਕੋਵਿਡ ਦੇ ਦੌਰਾਨ ਕਾਫੀ ਆਪਾਂ ਲੋਕਡਾਊਨ ਦੇ ਅੰਦਰ ਸੀਗੇ, ਆਪਾਂ ਸਾਰਿਆਂ ਨੂੰ ਪ੍ਰੋਡਕਟ ਭੇਜੇ ਆ, ਬਟ ਆਪਾਂ ਫੈਡੈਕਸ ਦੁਆਰਾ ਇੱਥੇ ਲੋਕਲ ਵੀ ਭੇਜੇ ਆ, ਕੋਈ ਕਿਸੇ ਦੇ ਘਰ ਜਾਂ ਕਿਸੇ ਦੇ ਆਫਿਸ 'ਚ ਨਹੀਂ ਜੀ ਜਾ ਸਕਦਾ। ਓਕੇ, ਸੋ ਉਹਨਾਂ ਨੇ ਇਹ ਆ ਕਿ ਅਸੀਂ ਸੈਂਪਲਿੰਗ ਦੇ ਤੌਰ 'ਤੇ ਪਹਿਲਾਂ 2-3 ਪ੍ਰੋਡਕਟ ਭੇਜੇ, ਨਾਲ 1-2 ਸੈਂਪਲਿੰਗ ਕੀਤੀ, ਉਹਨਾਂ ਨੂੰ ਉਹ ਪ੍ਰੋਡਕਟ ਪਸੰਦ ਆਏ, ਰਿਜ਼ਲਟ ਪਾਏ। ਸੋ ਫੈਡੈਕਸ ਦੇ ਦੁਆਰਾ 24 ਆਵਰ ਦੇ ਵਿੱਚ ਪ੍ਰੋਡਕਟ ਮਿਲ ਜਾਂਦੇ, ਵਰਲਡ ਵਾਈਡ ਡਿਲੀਵਰੀ ਹੈਗੀ ਆ। ਸੋ ਜਿਵੇਂ ਸਾਡੀ ਕੰਪਨੀ ਜੋਤੀ ਜੀ ਮੋਰ ਦੈਨ ਜਿਹੜੀ ਹੈਗੀ ਆ 92 ਕੰਟਰੀ ਦੇ ਵਿੱਚ ਹੈਗੀ ਆ, ਔਰ 40 to 45 ਸਾਲ ਪੁਰਾਣੀ ਹੈਗੀ। ਬਹੁਤ ਸਾਰੇ ਡਾਕਟਰ ਜਿਹੜੇ ਹੈ ਇਹਨੂੰ ਮਿਲ ਕੇ ਪ੍ਰੋਡਕਟ ਨੂੰ ਬਣਾਉਂਦੇ, ਨੈਚੁਰਲ ਹੈਗੇ ਨੇ। ਸੋ ਅਸੀਂ ਹੈਲਥ ਨੂੰ ਇੰਪਰੂਵ ਕਰਨਾ ਆ, ਜਾਂ ਅਸੀਂ ਐਨਰਜੀ ਨੂੰ ਵਾਪਸ ਲਿਆਉਣਾ ਆ, ਵੇਟ ਨੂੰ ਘਟਾਉਣਾ ਆ, ਜਾਂ ਫਿਰ ਕਈ ਵਾਰੀ ਕਈ ਅੰਡਰ ਵੇਟ ਹੁੰਦੇ, ਜ਼ਰੂਰੀ ਨਹੀਂ ਅਸੀਂ ਵੇਟ ਮੈਨੇਜਮੈਂਟ 'ਤੇ ਹੀ ਫੋਕਸ ਕੇ ਵੇਟ ਘੱਟ ਕਰੋ। ਕਈ ਲੋਕ ਬਹੁਤ ਘੱਟ ਵੇਟ ਵਾਲੇ ਹੈਗੇ, ਉਹਨਾਂ ਨੇ ਵੇਟ ਨੂੰ ਥੋੜ੍ਹਾ ਜਿਹਾ ਅਪ ਕਰਨਾ ਉਹਨਾਂ ਦੀ ਹਾਈਟ ਦੇ ਮੁਤਾਬਕ। ਸੋ ਵੇਟ ਗੇਨ ਕਰਨ ਦੇ ਲਈ ਵੀ ਕਈ ਵਾਰੀ ਸਾਨੂੰ ਇਹ ਵੀ ਹੋ ਜਾਂਦਾ ਹੈਗਾ ਕਿ ਸਾਡੀ ਬਾਡੀ ਜਿਹੜੀ ਆ ਉਹਦੇ ਵਿੱਚ ਸਾਰੀ 'ਚ ਪੇਨ ਹੋਈ ਜਾਂਦੀ, ਕ੍ਰੈਂਪਸ ਹੁੰਦੇ ਹੈਗੇ ਨੇ, ਉਹਦੇ ਲਈ ਵੀ ਸਾਡੇ ਕੋਲ ਜਿਵੇਂ ਹਾਰਮੋਨ ਇੰਬੈਲੈਂਸ ਹੋ ਗਿਆ, ਇੱਦਾਂ ਦੀਆਂ ਸਾਰੇ ਵਿਟਾਮਿਨ ਹੁੰਦੇ ਆ, ਉਹਨਾਂ ਦੀ ਵਰਤੋਂ ਕਰਕੇ ਵਿਦਨ 3 ਵੀਕਸ ਜਿਹੜੇ ਤੁਹਾਨੂੰ ਪਤਾ ਲੱਗ ਜਾਂਦਾ। ਜਿਵੇਂ ਸਿਆਣੇ ਜਾਂ ਡਾਕਟਰ ਜਿਹੜੇ ਆ ਵੱਡੇ ਵੱਡੇ ਐਕਸਪਰਟ, ਉਹਨਾਂ ਦਾ ਕਹਿਣਾ ਕਿ ਜੇ ਅਸੀਂ ਬਾਡੀ ਨੂੰ ਰਾਈਟ ਫੂਡ, ਰਾਈਟ ਨਿਊਟ੍ਰੀਐਂਟਸ ਦਿੰਦੇ ਹਾਂ, ਤਾਂ ਸਾਡੀ ਬਾਡੀ ਆਪਣੇ ਸਹੀ ਰੂਪ ਦੇ ਵਿੱਚ ਆਉਣ ਦੀ 2-3 ਵੀਕ ਦੇ ਵਿੱਚ ਹੀ ਰੂਪ ਧਾਰਨ ਕਰ ਲੈਂਦੀ ਹੈਗੀ ਆ। ਬਿਲਕੁਲ, ਕਈ ਵਾਰੀ ਕੀ ਹੁੰਦਾ ਕਿ ਨਿਊਟ੍ਰੀਐਂਟ ਸਾਨੂੰ ਹਰ ਇੱਕ ਫੂਡ ਤੋਂ ਨਹੀਂ ਮਿਲਦੇ। ਬਿਲਕੁਲ, ਅਸੀਂ ਹੋ ਸਕਦਾ ਵੈਜੀਟੇਰੀਅਨ ਹੋਵੇ, ਕੋਈ ਨਿਊਟ੍ਰੀਐਂਟਸ ਹੋ ਸਕਦਾ ਫਿਸ਼ ਤੋਂ ਮਿਲਦਾ ਹੈਗਾ, ਕੋਈ ਚਿਕਨ ਤੋਂ ਮਿਲਦਾ ਹੈਗਾ, ਲੇਕਿਨ ਅਸੀਂ ਚਿਕਨ ਨਹੀਂ ਖਾਂਦੇ, ਫਿਸ਼ ਨਹੀਂ ਖਾਂਦੇ, ਔਰ ਸਾਨੂੰ ਉਹਦਾ ਸਪਲੀਮੈਂਟ ਜ਼ਰੂਰ ਲੈਣਾ ਚਾਹੀਦਾ ਤਾਂ ਕਿ ਸਾਡੀ ਕਿਚਨ 'ਚ ਮਿਸ ਕਰ ਜਾਂਦੇ ਬਹੁਤ ਸਾਰੀਆਂ ਚੀਜ਼ਾਂ। ਸਾਨੂੰ ਥੋੜ੍ਹੀ ਜਿਹੀ ਪਲੇਟ ਨੂੰ ਪ੍ਰੋਪਰ ਧਿਆਨ ਮਾਰਨ ਦੀ ਲੋੜ ਹੁੰਦੀ ਕਿ ਅਸੀਂ ਸਾਰਾ ਕੁਛ ਰੱਖ ਲਿਆ, ਅਸੀਂ ਆਇਰਨ ਵੀ ਅਤੇ ਅਸੀਂ ਪ੍ਰੋਟੀਨ ਵੀ, ਅਸੀਂ ਫਾਈਬਰ ਵੀ ਲੈਂਦੇ ਹੈਗੇ ਹਾਂ। ਫਾਈਬਰ ਇਹ ਹੈ ਕਿ ਕਈ ਲੋਕਾਂ ਨੂੰ ਕੌਨਸਟੀਪੇਸ਼ਨ ਦੀ ਕਿੰਨੀ ਪ੍ਰੋਬਲਮ, ਉਹ ਖਾਣੇ ਦੇ ਵਿੱਚ ਬਿਲਕੁਲ ਛਿਲਕੇ ਵਾਲੀਆਂ ਚੀਜ਼ਾਂ ਨਹੀਂ, ਅਸੀਂ ਐਪਲ ਲਵਾਂਗੇ ਛਿਲਕੇ ਸਿੱਟ ਦਿੰਦੇ ਹਾਂ, ਘੀਏ ਦੀ ਸਬਜ਼ੀ ਬਣਾਵਾਂਗੇ ਛਿਲਕੇ ਸਿੱਟ ਦਿੰਦੇ ਹਾਂ। ਸੋ ਅਸੀਂ ਸੈਲਰੀ, ਬਰੋਕਲੀ, ਇੱਦਾਂ ਦੀਆਂ ਚੀਜ਼ਾਂ ਨੂੰ ਆਪਣੀ ਸਮੂਦੀ ਵਿੱਚ ਜਾਂ ਵੈਸੇ ਹੀ ਸੈਲਡ ਵਿੱਚ, ਜਿਵੇਂ ਗ੍ਰੀਨ ਪੈਪਰ ਹੋ ਗਿਆ, ਬਹੁਤ ਸਾਰੀ ਮਿਕਸ ਜਿਹੜੇ ਵੈਜੀਟੇਬਲ ਰਲਾ ਕੇ ਖਾਈਏ, ਸਾਨੂੰ ਐਕਸਟਰਾ ਫਾਈਬਰ ਖਾਧਾ ਹੋਇਆ ਸਾਡੀ ਜਿਹੜੀ ਆ ਡਿਜੈਸਟਿਵ ਹੈਲਥ ਦੇ ਵਿੱਚ ਹੈਲਪ ਕਰੇਗਾ, ਅਤੇ ਸਾਨੂੰ ਕੌਨਸਟੀਪੇਸ਼ਨ ਤੋਂ ਵੀ ਛੁਟਕਾਰਾ ਪਾਵਾਂਗੇ। ਵੇਟ ਦਾ ਗੇਨ ਹੋਣਾ, ਸਾਡੇ ਡਿਜੈਸਟਿਵ ਹੈਲਥ ਜਿਹੜੀ ਆ ਉੱਥੋਂ ਜੇ ਖਰਾਬ ਆ ਤਾਂ ਸ਼ੁਰੂਆਤ ਉੱਥੋਂ ਹੁੰਦੀ। ਜਿਹੜਾ ਪਰਸਨ ਇੱਦਾਂ ਹੈਲਥੀ ਆ ਕਿ ਤੁਹਾਡਾ ਡਿਜੈਸਟਿਵ ਸਿਸਟਮ ਹੈਲਥੀ, ਉਹ ਵੇਟ ਗੇਨ ਕਰਨ ਦੇ ਵਿੱਚ ਸਲੋ ਹੁੰਦਾ, ਵਧੂਗਾ, ਬਟ ਬਾਕੀਆਂ ਨਾਲ ਉਹਦਾ ਸਲੋ ਮੋਸ਼ਨ ਦੇ ਵਿੱਚ ਜਾਏਗਾ। ਇਹ ਚੀਜ਼ਾਂ ਕਾਫੀ ਸਾਨੂੰ ਨਿਊਟ੍ਰੀਐਂਟਸ ਤੋਂ ਸਹਾਰਾ ਲੈ ਕੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਲੋੜ ਹੁੰਦੀ ਹੈ। ਤੇ ਤੁਸੀਂ ਕਿਸ ਏਜ ਗਰੁੱਪ ਤੋਂ ਲੈ ਕੇ ਕਿਸ ਏਜ ਗਰੁੱਪ ਤੱਕ ਤੁਸੀਂ ਡੀਲ ਕਰਦੇ ਹੋ? ਹਾਂ ਬਿਲਕੁਲ ਜੋਤੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਬੱਚਿਆਂ ਦੇ ਲਈ ਕਿਹੜੀ ਏਜ ਤੋਂ? ਬੱਚੇ ਜਿਹੜੇ ਆ ਕਿਸੇ ਵੀ ਏਜ 'ਚ ਲੈ ਲੈਣ, ਜਿਵੇਂ ਹੁਣ ਮੈਂ ਕਹਿਣਾ ਐਗਜ਼ਾਮਪਲ 6 ਮੰਥ ਦਾ ਬੇਬੀ ਹੈਗਾ, ਅਸੀਂ ਉਹਨੂੰ ਬੋਟਲ ਵਿੱਚ ਸ਼ੇਕ ਪਾ ਕੇ ਦੇ ਦਈਏ, ਅੱਧਾ ਸਕੂਪ, ਤੇ ਉਹ ਵੀ ਚਾ ਕੇ ਪੀਊਗਾ, ਤੁਹਾਡੇ ਬੱਚੇ ਦੇ ਬੋਨਸ, ਲਾਈਕ ਇਟਸ ਨਾਟ ਹਾਰਮਫੁਲ, ਰਾਈਟ? ਨੋ ਨੋ ਨੋ, ਇਟਸ ਓਕੇ, ਬਟ ਇਹ ਰੀਜ਼ਨ ਹੁੰਦਾ ਕਿ ਅਸੀਂ ਟੀ ਜਿਵੇਂ ਹੋ ਗਈ, ਜਾਂ ਫਿਰ ਕਈ ਵਾਰੀ ਸਾਡੇ ਕੋਲ ਫੈਟ ਕਟਰਸ ਹੈਗੇ ਆ, ਅਸੀਂ ਉਹ ਕੁਛ 16 to 18 ਏਜ ਤੱਕ ਨਹੀਂ ਦੇ ਸਕਦੇ। ਸ਼ੇਕਸ ਹੋ ਗਿਆ, ਨਿਊਟ੍ਰੀਸ਼ਨ ਹੈਗਾ, ਅਤੇ ਨਾਲ ਨਾਲ ਕਈ ਸਮੂਦੀਜ਼ ਦੇ ਵਿੱਚ ਪਾਉਣ ਵਾਲੇ ਪ੍ਰੋਟੀਨ ਪਾਊਡਰਸ ਹੋ ਗਏ, ਅਤੇ ਅਸੀਂ ਇਹ ਹੱਦ ਤੱਕ ਬੱਚਿਆਂ ਨੂੰ ਦੇ ਸਕਦੇ ਹੈਗੇ ਹਾਂ। ਸੋ ਕਿਸੇ ਵੀ ਏਜ 'ਚ ਦੇ ਲੈ ਸਕਦੇ ਆ, ਬੱਚਿਆਂ ਨੂੰ ਨੀਂਦ ਦੀ ਪ੍ਰੋਬਲਮ, ਜਾਂ ਉਹਨਾਂ ਨੂੰ ਜਿਵੇਂ ਪੜ੍ਹਾਈ ਕਰਦੇ ਹਾਂ ਆਪਣੇ
ਕਨਸੈਂਟਰੇਸ਼ਨ ਨਹੀਂ ਹੁੰਦੀ ਉਹਨਾਂ ਦੀ ਬਿਲਕੁਲ ਸੋ ਉਹਨਾਂ ਨੂੰ ਫੋਕਸ ਕਰਨ ਦੇ ਲਈ ਸਾਡੇ ਕੋਲ ਬੱਚਿਆਂ ਵਾਲੀ ਟੀ ਹੁੰਦੀ ਜਿਹੜੀ ਸਾਡੇ ਬ੍ਰੇਨ ਨੂੰ ਆਕਸੀਜਨ ਦੇਣ ਦਾ ਕੰਮ ਕਰਦੀ ਆ ਇਟਸ ਕਾਲਡ ਬ੍ਰੈਜ਼ੀਲੀਅਨ ਟੀ ਤੁਸੀਂ ਉਹਦਾ ਵੀ ਬੱਚੇ ਸਹਾਰਾ ਲੈ ਕੇ ਕਾਫੀ ਹੱਦ ਤੱਕ ਆਪਣੇ ਬ੍ਰੇਨ ਨੂੰ ਐਕਟਿਵ ਕਰ ਸਕਦੇ ਹੈਗੇ ਆ ਕਈ ਵਾਰੀ ਕੀ ਕਿ ਬੱਚੇ ਛੋਟੇ ਹੁੰਦੇ ਆ ਲੇਕਿਨ ਉਹ ਬਹੁਤ ਜ਼ਿਆਦਾ ਓਵਰਵੇਟ ਹੋ ਜਾਂਦੇ ਆ ਰਾਈਟ ਹਾਂਜੀ ਸੋ ਉਹਨਾਂ ਨੂੰ ਵੀ ਅਸੀਂ ਠੀਕ ਕਰ ਸਕਦੇ ਹਾਂ ਬਿਲਕੁਲ ਸਾਡੇ ਕੋਲ ਬਹੁਤ ਸਾਰੇ ਪ੍ਰੋਡਕਟ ਹੈਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵਰਤਣ ਤੇ ਬੱਚੇ ਤਾਂ ਮਹੀਨੇ ਦੇ ਵਿੱਚ ਜੇ ਉਹਨਾਂ ਨੂੰ ਜੇ ਮਾਂ-ਬਾਪ ਕਰ ਰਹੇ ਹੈਗੇ ਤਾਂ ਆਬਵੀਅਸਲੀ ਬੱਚੇ ਕਾਪੀ ਕਰਦੇ ਆ ਆਪਾਂ ਉਹਨਾਂ ਨੂੰ ਅੱਧਾ ਘੰਟਾ ਦਿਨ 'ਚ ਦਈਏ ਐਕਸਰਸਾਈਜ਼ ਥੋੜੀ ਕਰਾਈਏ ਨਾਲ ਨਾਲ ਪ੍ਰੋਡਕਟ ਦੀ ਵਰਤੋਂ ਕਰਨ ਨਿਊਟ੍ਰੀਐਂਟਸ ਐਂਡ ਘਰ ਦੀ ਕਿਚਨ ਦਾ ਸੁਧਰਿਆ ਹੋਇਆ ਜਿਹੜਾ ਖਾਣਾ ਉਹਨਾਂ ਨੂੰ ਦਈਏ ਤਾਂ ਬੱਚੇ ਵੀ ਜਿਹੜਾ ਮੰਥ ਦਾ 5 ਤੋਂ 4 ਪਾਉਂਡ ਇੱਕ ਓਵਰਵੇਟ ਬੱਚਾ ਲੂਜ਼ ਕਰ ਲੈਂਦਾ ਹੈਗਾ ਸੋ ਜੇ ਤੁਹਾਡੇ ਕੋਲੋਂ ਕੋਈ ਨਿਊਟ੍ਰੀਐਂਟਸ ਲੈਂਦਾ ਹੈਗਾ ਸਪਲੀਮੈਂਟਸ ਲੈਂਦਾ ਹੈਗਾ ਕਿੰਨਾ ਟਾਈਮ ਲੱਗ ਜਾਂਦਾ ਆਰਡਰ ਕਰਨ ਕਰੋਗੇ ਤਾਂ ਆਂਚ ਬਿਲਕੁਲ ਜੋਤੀ 24 ਆਵਰ ਦੇ ਵਿੱਚ ਉਹਨਾਂ ਦੀ ਜਗ੍ਹਾ ਸਮਾਨ ਮਿਲ ਜਾਂਦਾ ਉਹਨਾਂ ਨੂੰ ਤੇ ਉਹ ਆਪਣਾ ਆਰਡਰ ਜਦੋਂ ਰਿਸੀਵ ਕਰਦੇ ਆ ਵੀਡੀਓ ਕਾਲ ਕਰਕੇ ਜਾਂ ਆਪਣੇ ਇੰਚ ਸਾਨੂੰ ਦੱਸਦੇ ਆ ਜਿਵੇਂ ਚੈਸਟ ਤੋਂ ਵੇਸਟ ਤੋਂ ਹਿਪਸ ਤੋਂ ਲੇਡੀਜ਼ ਮੇਰੀਆਂ ਭੈਣਾਂ ਮੈਨੂੰ ਦੱਸਦੀਆਂ ਫਿਰ ਅਸੀਂ ਵੀਕ ਬਾਅਦ ਫਿਰ ਪੁੱਛਦੇ ਹਾਂ ਕਈ ਵਾਰੀ ਤਾਂ ਉਹ ਪੈਰਾਂ ਸਕੇਲ ਤੇ ਖੜ ਕੇ ਪੈਰਾਂ ਦੀ ਪਿਕਚਰ ਭੇਜ ਦਿੰਦੇ ਕਿ ਸਾਡਾ ਇੰਨਾ ਵੇਟ ਵੀਕ ਬਾਅਦ ਘਟਿਆ ਹੈਲਥੀ ਵੇਟ ਜਿਹੜਾ ਹੈਗਾ ਉਹ 2 ਪਾਉਂਡ ਵੀਕ ਦਾ ਘਟਣਾ 8 ਤੋਂ 10 ਮੰਥ ਦੀ ਟੋਟਲ ਐਵਰੇਜ ਹੋ ਜਾਵੇ ਤਾਂ ਇਹਨੂੰ ਹੈਲਥੀ ਵੇਟ ਮੰਨਿਆ ਜਾਂਦਾ ਹੈਗਾ ਓਕੇ ਬਹੁਤ ਵਧੀਆ ਲੱਗਿਆ ਅੱਜ ਗੱਲਬਾਤ ਕਰਕੇ ਬਲਬੀਰ ਔਰ ਬਹੁਤ ਵਧੀਆ ਜਾਣਕਾਰੀ ਤੁਸੀਂ ਅੱਜ ਦਿੱਤੀ ਕਿ ਸੀਡਸ ਨੂੰ ਕਿਉਂ ਜ਼ਰੂਰੀ ਹੈ ਸਾਡੀ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਔਰ ਜ਼ਰੂਰੀ ਹੈ ਪੰਪਕਿਨ ਸੀਡ ਜਿਹੜਾ ਕਿ ਸਾਡੇ ਲਈ ਬਹੁਤ ਬੈਨੀਫਿਸ਼ੀਅਲ ਹੈ ਉਹਦੇ ਲਈ ਤੁਸੀਂ ਜਾਣਕਾਰੀ ਦਿੱਤੀ ਅਗੇਨ ਥੈਂਕ ਯੂ ਔਰ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬਿਲਕੁਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਤੁਹਾਨੂੰ ਸਨੈਕਿੰਗ ਦੇ ਵਿੱਚ ਭੁੱਖ ਲੱਗ ਰਹੀ ਆ ਤੁਸੀਂ ਚਿਪਸ ਚੁੱਕਣ ਦੀ ਬਜਾਏ ਮਿਠਾਈ ਚੁੱਕਣ ਦੀ ਬਜਾਏ ਜਾਂ ਫਿਰ ਪਾਪਸ ਹੋ ਗਏ ਡਰਿੰਕਸ ਹੋ ਗਏ ਕਈ ਵਾਰੀ ਬੱਚਿਆਂ ਨੂੰ ਆਦਤ ਆ ਵਾਰ ਵਾਰ ਕੋਕ ਜਾਂ ਸਪਰਾਈਟ ਜਾਂ ਇੱਦਾਂ ਦੀਆਂ ਚੀਜ਼ਾਂ ਦੇ ਢੇਰ ਲਗਾਏ ਹੁੰਦੇ ਨੇ ਉਹਨਾਂ ਦੇ ਰੂਮਾਂ ਦੇ ਵਿੱਚ ਅੱਜ ਕੱਲ੍ਹ ਕੋਵਿਡ ਦੇ ਵਿੱਚ ਬੱਚੇ ਓਵਰਵੇਟ ਵੀ ਹੋਏ ਨੇ ਕਈ ਬੱਚਿਆਂ ਨੇ ਬਹੁਤ ਅਨਹੈਲਥੀ ਖਾਧਾ ਉਹਨਾਂ ਨੇ ਵੇਟ ਲੂਜ਼ ਵੀ ਕੀਤਾ ਬਟ ਨਿਊਟ੍ਰੀਐਂਟਸ ਲਓ ਉਹਦੇ ਨਾਲ ਬੱਚਿਆਂ ਨੂੰ ਚੰਗੀ ਇੱਕ ਹੈਲਪ ਮਿਲਦੀ ਆ ਸਿਹਤ ਲਈ ਵੀ ਅਤੇ ਉਹਨਾਂ ਦੇ ਦਿਮਾਗ ਲਈ ਵੀ ਸੋ ਮੈਂ ਕਹਿੰਦੀ ਹੁੰਦੀ ਕਿ ਤੁਸੀਂ ਸੀਡ ਜਿਵੇਂ ਹੋ ਗਿਆ ਸਨੈਕਿੰਗ 'ਚ ਐਡ ਕਰੋ ਬੱਚਿਆਂ ਨੂੰ ਵੀ ਨਾਲ ਜੋੜੋ ਕਿ ਉਹ ਜਿਹੜੇ ਆਪਣੇ ਚੀਟਿੰਗ ਸਮੇਂ ਚੀਟਿੰਗ ਕਰਦੇ ਆ ਅਤੇ ਉਹਨਾਂ ਨੂੰ ਮਲਟੀ ਸੀਟ ਦਿੱਤੇ ਜਾਣਾ ਉਹਦੇ ਨਾਲ ਉਹਨਾਂ ਨੂੰ ਕਾਫੀ ਹੱਦ ਤੱਕ ਸਹਾਰਾ ਮਿਲਦਾ ਸੋ ਨੈਕਸਟ ਵੀਕ ਮੈਂ ਅਤੇ ਜੋਤੀ ਤੁਹਾਡੇ ਲਈ ਇੱਕ ਨਵਾਂ ਸੈਗਮੈਂਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ ਥੈਂਕ ਯੂ ਬਲਬੀਰ ਔਰ ਚਲੋ ਜੀ ਅਸੀਂ ਵੀ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਤੁਸੀਂ ਇਸ ਵੇਲੇ ਸਾਨੂੰ ਵੇਖ ਰਹੇ ਹੋ ਫੇਸਬੁੱਕ ਐਂਡ ਟੀਵੀ 'ਤੇ ਜੇ ਤੁਸੀਂ ਇਹ ਪ੍ਰੋਗਰਾਮ ਸਾਡਾ ਬਾਅਦ ਵਿੱਚ ਵੀ ਦੇਖਦੇ ਹੋ ਕੋਈ ਵੀ ਕੁਐਸਚਨ ਤੁਹਾਡੇ ਮਨ 'ਚ ਆਉਂਦਾ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈ 6478987769 ਬੌਬ ਦਸਾਂ ਜੀ ਦਾ ਨੰਬਰ ਹੈ 4164197777 ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਡੇ ਲਈ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਈਏ ਔਰ ਵਧੀਆ ਵਧੀਆ ਪ੍ਰੋਫੈਸ਼ਨਲਸ ਨੂੰ ਤੁਹਾਡੇ ਰੂਬਰੂ ਕਰਵਾਈਏ ਜਿਨ੍ਹਾਂ ਦੇ ਕੋਲੋਂ ਤੁਹਾਨੂੰ ਵਧੀਆ ਜਾਣਕਾਰੀ ਮਿਲ ਸਕਦੀ ਹੈ ਜੇ ਵੇਟ ਤੁਸੀਂ ਘਟਾਉਣਾ ਚਾਹੁੰਦੇ ਹੋ ਆਪਣਾ ਜਾਂ ਆਪਣੇ ਬੱਚਿਆਂ ਦਾ ਉਹ ਹੈਲਦੀ ਹਨ ਬਹੁਤ ਜ਼ਿਆਦਾ ਹੈਵੀ ਹਨ ਓਵਰਵੇਟ ਹਨ ਜਾਂ ਤੁਹਾਡੇ ਸੀਨੀਅਰਸ ਹਨ ਉਹਨਾਂ ਨੂੰ ਕੋਈ ਪ੍ਰੋਬਲਮਸ ਹਨ ਹੈਲਥ ਇਸ਼ੂਜ਼ ਹਨ ਵੇਟ ਦੇ ਕਾਰਨ ਤਾਂ ਤੁਸੀਂ ਬਲਬੀਰ ਲਹਿਲ ਜੀ ਨੂੰ ਜ਼ਰੂਰ ਕਾਲ ਕਰੋ ਕੰਟੈਕਟ ਕਰੋ ਔਰ ਉਹਨਾਂ ਦੇ ਨਾਲ ਤੁਸੀਂ ਫਰੀ ਕੰਸਲਟੇਸ਼ਨ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਕੀ ਕਰਨਾ ਹੈ ਸੋ ਖੈਰ ਵਾਪਸ ਫਿਰ ਹਾਜ਼ਰ ਹੋਵਾਂਗੀ ਇੱਕ ਨਵੀਂ ਜਾਣਕਾਰੀ ਨਵੇਂ ਮਹਿਮਾਨ ਦੇ ਨਾਲ ਕਿਸੇ ਦੀ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਮੈਸੇਜ ਕਰ ਸਕਦੇ ਹੋ ਸਾਡਾ ਐਪ ਹੈ SP24 ਉਹਨੂੰ ਤੁਸੀਂ ਡਾਊਨਲੋਡ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਪ੍ਰੋਗਰਾਮ ਤੁਹਾਨੂੰ ਵੇਖਣ ਨੂੰ ਮਿਲਣ ਤੁਸੀਂ ਕਿਤੇ ਵੀ ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਤੁਸੀਂ ਸਾਡੇ ਪ੍ਰੋਗਰਾਮਸ ਨੂੰ ਵਾਚ ਕਰ ਸਕਦੇ ਹੋ ਐਜ਼ ਅ ਸਪੌਂਸਰ ਐਜ਼ ਅ ਗੈਸਟ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰੋ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਪੇਜ ਨੂੰ ਜ਼ਰੂਰ ਜ਼ਰੂਰ ਲਾਈਕ ਕਰੋ ਐਂਡ ਫੋਲੋ ਮੀ ਔਨ ਮਾਈ ਸੋਸ਼ਲ ਮੀਡੀਆ ਥੈਂਕ ਯੂ ਟੇਕ ਕੇਅਰ ਸ਼ਬਾ ਖੈਰ ਐਂਡ ਸਤਿ ਸ਼੍ਰੀ ਅਕਾਲ